ਹਾਂਜੀ ਪ੍ਰਧਾਨ ਜੀ ਦੱਸੋ ਤੁਸੀਂ ਦੌਰਾ ਕੀਤਾ ਨਗਰ ਨਿਗਮ ਸੋ ਅੱਜ ਮੈਂ ਨਗਰ ਨਿਗਮ ਆਇਆ ਸੀ ਕਿਉਂਕਿ ਮਗਰਲੇ ਕਈ ਦਿਨਾਂ ਤੋਂ ਬਠਿੰਡਾ ਦੇ ਲੋਕ ਮੈਨੂੰ ਟੈਲੀਫੋਨ ਕਰ ਰਹੇ ਸੀ ਕਿ ਪਾਰਕਿੰਗ ਦਾ ਜਿਹੜਾ ਮਸਲਾ ਹੈ ਸਾਡੀਆਂ ਸ਼ਰੇਆਮ ਕਾਰਾਂ ਚੱਕ ਕੇ ਪਾਰਕਿੰਗ ਵਾਲੇ ਲੈ ਜਾਂਦੇ ਹੈ ਬਿਨਾਂ ਇਤਲਾਹ ਦਿੱਤੇ ਕਈ ਥਾਂ ਤੇ ਔਰਤਾਂ ਸਾਡੀਆਂ ਭੈਣਾਂ ਵਿਚਾਰੀਆਂ ਬਾਜ਼ਾਰ ਚ ਆ ਰਹੀਆਂ ਉਹਨਾਂ ਦੀ ਗੱਡੀ ਲੈ ਜਾਂਦੇ ਚੱਕ ਕੇ ਸੋ ਫਿਰ ਮੈਂ ਅਰੁਣ ਜੀ ਨੇ ਨੂੰ ਮੈਂ ਜਦੋਂ ਇਹ ਮਸਲੇ ਬਾਰੇ ਪੁੱਛਿਆ ਇਹਨਾਂ ਨੇ ਮੈਨੂੰ ਪ੍ਰੋਪਰ ਜਾਣਕਾਰੀ ਦਿੱਤੀ ਕਿ ਮਸਲਾ ਆ ਹੈ ਰਾਜਨ ਜੀ ਨਾਲ ਗੱਲ ਹੋਈ ਸਮੂਹ ਕਾਂਗਰਸੀਆਂ ਨਾਲ ਗੱਲ ਹੋਈ ਐਮਸੀ ਸਾਹਿਬਾਨਾਂ ਨਾਲ ਸੋ ਅੱਜ ਮੈਂ ਮਾਨਸਾ ਤੋਂ ਆ ਰਿਹਾ ਸੀਗਾ ਤੇ ਮੈਂ ਕਿਹਾ ਕਿਉਂ ਨਾ ਆਪਾਂ ਕਾਰਪੋਰੇਸ਼ਨ ਦਾ ਦੌਰਾ ਕਰੀ ਮਿਲ ਗਏ ਉਹਨਾਂ ਸੋ ਰਾਸਤੇ 'ਚ ਮੈਂ ਆਇਆ ਇਸੇ ਤਰ੍ਹਾਂ ਦਾ ਮਾਹੌਲ ਆ ਨੀਚੇ ਜਿੱਥੇ ਦੀਪਕ ਢਾਬਾ ਉੱਥੇ ਬਣਿਆ ਸੀ ਗੱਡੀ ਟੋਕਰੀ ਜਾਂਦੇ ਸੀ ਉਹ ਹਜੇ ਗੱਡੀ ਦੀ ਚਾਬੀ ਲਾ ਕੇ ਨੀਚੇ ਹੀ ਉਤਰ ਰਿਹਾ ਸੀ ਬੰਦਾ ਤੇ ਉਹਨੂੰ ਗੱਡੀ ਉਹਨਾਂ ਨੇ ਟੋਕਰ ਲਈ ਸੋ ਕਹਿਣ ਦਾ ਮਤਲਬ ਕਿ ਪਾਰਕਿੰਗ ਜਿਨ੍ਹਾਂ ਨੂੰ ਵੀ ਦਿੱਤੀ ਹੈ ਪ੍ਰਾਈਵੇਟ ਪਾਰਕਿੰਗ ਵਾਲੇ ਉਹ ਗੁੰਡਾਗਰਦੀ ਕਰ ਰਹੇ ਹੈ ਬਠਿੰਡੇ ਦੇ ਲੋਕਾਂ ਨੂੰ ਇਹ ਹਰਗਿਜ਼ ਮਨਜ਼ੂਰ ਨਹੀਂ ਹੈ ਮੈਂ ਗੱਡੀ ਉਹਨਾਂ ਤੋਂ ਛੁਡਵਾ ਦਿੱਤੀ ਹੈ ਪਰ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਉਹਨਾਂ ਨੇ ਯਕੀਨ ਦਵਾਇਆ ਹੈ ਕਿ ਅਸੀਂ ਇਹ ਮਸਲਾ ਜਲਦੀ ਹੱਲ ਕਰ ਦਿਆਂਗੇ ਜ਼ਿਆਦਾ ਕੱਲ੍ਹ ਕਰ ਦਿਆਂਗੇ ਜਾਂ ਪਰਸੋਂ ਕਰ ਦਿਆਂਗੇ ਉਹਨਾਂ ਨੇ ਕਿਹਾ ਵੀ ਇਹ 60 ਲੱਖ ਰੁਪਇਆ ਇਹਨੂੰ ਚਲਾਉਣ 'ਤੇ ਰਨਿੰਗ ਕੋਸਟ ਆਉਂਦੀ ਹੈ ਅਤੇ ਇਹਦੇ 'ਤੇ ਇੰਨੇ ਪੈਸੇ ਲੱਗੇ ਸਰਕਾਰ ਮੈਂ ਕਿਹਾ ਸਰਕਾਰਾਂ ਤਾਂ ਪੈਸੇ ਲੱਗੀ ਲਾਉਂਦੀਆਂ ਹੁੰਦੀਆਂ ਉਹਨਾਂ ਨੇ ਇਹ ਨਹੀਂ ਦੱਸਿਆ ਮੈਂ ਕਿਹਾ ਇੱਕ ਬਾਹਰ ਵੀ 15 ਕਰੋੜ ਰੁਪਇਆ ਇਹਦੇ 'ਤੇ ਲੱਗਿਆ ਹੋਣਾ ਤੁਹਾਨੂੰ ਪਤਾ ਨਹੀਂ ਲੱਗਿਆ ਕਿੱਥੇ ਲੱਗਿਆ ਸੋ ਗਿਣਤੀ 'ਚ ਨਹੀਂ ਹੋਣਾ ਜੇ ਹਿਸਾਬ ਕਰਾਂਗੇ ਤਾਂ ਉਹ 15 ਕਰੋੜ ਰੁਪਇਆ ਵੀ ਸਰਕਾਰ ਦਾ ਐਕਸੈਸ ਜਾਜੂਗਾ ਸੋ ਕਹਿਣ ਦਾ ਭਾਵ ਹੈ ਸਰਕਾਰਾਂ ਪੈਸੇ ਕਮਾਉਣ ਵਾਸਤੇ ਨਹੀਂ ਹੁੰਦੀਆਂ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਅੱਜ ਪੰਜਾਬ ਸਰਕਾਰ 'ਤੇ ਹੈ ਇਸ ਦੇ ਬਾਵਜੂਦ ਵੀ ਅਸੀਂ ਬਿਜਲੀ ਪਾਣੀ ਮੁਫਤ ਦੇ ਰਹੇ ਹਾਂ ਕਦੋਂ ਦੇ ਹੋਰ ਬਹੁਤ ਸਾਰੀਆਂ ਸਹੂਲਤਾਂ ਚੁੰਗੀਆਂ ਹੋਰ ਚੀਜ਼ਾਂ ਮੁਫਤ ਨੇ ਸਰਕਾਰਾਂ ਪੈਸੇ ਕਮਾਉਣ ਵਾਸਤੇ ਨਹੀਂ ਹੁੰਦੀਆਂ ਮੈਂ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਇਹਨਾਂ ਨੇ 1.25 ਕਰੋੜ ਰੁਪਏ ਦਾ ਤਕਰੀਬਨ ਕਿ 1-15 ਦਾ ਠੇਕਾ ਦਿੱਤਾ ਹੁਣ ਜਿਹਨੂੰ 1-15 ਜਿਹਨੇ ਭਰਨਾ ਉਹ 2 ਕਮਾਏਗਾ ਜਦੋਂ 2 ਕਮਾਏਗਾ ਤਾਂ ਬਠਿੰਡੇ ਵਾਲਿਆਂ ਦੀ ਧੌਣ 'ਤੇ ਅੰਗੂਠਾ ਰੱਖੇਗਾ ਸੋ ਮੈਂ ਇਹਨਾਂ ਨੂੰ ਆਖਿਆ ਕਿ ਕਿਰਪਾ ਕਰਕੇ ਤੁਹਾਡਾ 172 ਕਰੋੜ ਰੁਪਏ ਦਾ ਬਜਟ ਹੈ ਇਹ ਨਹੀਂ ਕਹਿ ਰਹੇ ਸੀ ਕਾਰਪੋਰੇਸ਼ਨ ਦਾ ਕਿੰਨਾ ਬਜਟ ਹੈ 175 ਸੋ ਮੈਂ ਕਿਹਾ ਭਾਈ 60 ਲੱਖ ਰੁਪਇਆ ਹੋਰ ਕਾਰਪੋਰੇਸ਼ਨ ਪਾ ਦੇ ਤੁਸੀਂ ਉਹਨੂੰ ਕਮਾਈ ਦਾ ਧੰਦਾ ਨਾ ਬਣਾਓ ਜੇ 60 ਲੱਖ ਕਾਰਪੋਰੇਸ਼ਨ ਹੋਰ ਬਣਾਏਗੀ ਤਾਂ ਇੱਥੇ ਕੋਈ ਪ੍ਰਾਈਵੇਟ ਠੇਕੇਦਾਰ ਨਹੀਂ ਹੋਏਗਾ ਜਿਹਨੇ ਲੋਕਾਂ ਨੂੰ ਸਹੂਲਤ ਆ ਉਹ ਪਾਰਕਿੰਗ 'ਚ ਲਾ ਲੈਣ ਅਤੇ ਦੂਜੇ ਆਪਦਾ ਬਾਹਰ ਲਾ ਲੈਣ ਪਰ ਜੇ ਇਹਨਾਂ ਨੂੰ ਆਦਤ ਵੀ ਪਾਉਣੀ ਹੈ ਤਾਂ ਹੌਲੀ ਹੌਲੀ ਇੱਥੇ ਆਪਦੇ ਪੁਲਿਸ ਕਰਮਚਾਰੀਆਂ ਨੂੰ ਕਹੋ ਵੀ ਇਹਨਾਂ ਨੂੰ ਦੱਸਣ ਵੀ ਭਾਈ ਯਾਰ ਉੱਥੇ ਪਾਰਕਿੰਗ 'ਚ ਲਾ ਕੇ ਆਓ ਨਾ ਕਿ ਚਲਾਣ ਕੱਟ ਕੇ ਉਹਨਾਂ ਦੀ ਗੱਡੀ ਪਾ ਕੇ ਲੈ ਜਾਣ 1000 ਰੁਪਇਆ ਇਹ ਤਾਂ 2 ਕੰਮ ਹੋ ਗਏ ਉੱਧਰੋਂ ਤੁਸੀਂ ਪਾਰਕਿੰਗ ਠੇਕੇ ਦਿੱਤੀ ਉੱਧਰੋਂ ਪੁਲਿਸ ਵੀ ਨਾਲ ਆਹ ਕੰਮ ਚੱਲ ਪਿਆ 1000-1000 ਰੁਪਏ ਵਾਲਾ ਜਿਹੜੀ ਬੌਂਡ ਕਰ ਦਿਓਗੇ ਫੜ ਕੇ ਲੈ ਜਾਊਗੇ ਸੋ ਇਹਨਾਂ ਨੇ ਯਕੀਨ ਦਵਾਇਆ ਕਿ ਮੇਰਾ ਮਸਲਾ ਹੱਲ ਕਰ ਦਿਆਂਗੇ ਜੇ ਮਸਲਾ ਹੱਲ ਨਹੀਂ ਹੁੰਦਾ ਕਿਸੇ ਨੇ ਉੱਥੇ ਮੈਨੂੰ ਘੇਰ ਲਿਆ ਕਹਿੰਦੇ ਵੀ ਇਹ ਤਾਂ ਕਾਂਗਰਸੀ ਤੁਹਾਡਾ ਮੇਅਰ ਹੈ ਮੈਂ ਉਹਨੂੰ ਦੱਸਿਆ ਵੀ ਕਾਂਗਰਸੀ ਮੇਅਰ ਸਾਹਿਬ ਨਹੀਂ ਨੇ ਮੈਂ ਬਹੁਤ ਸਤਿਕਾਰ ਕਰਦਾ ਸਾਡੇ ਭੈਣ ਜੀ ਹੋਰਾਂ ਦਾ ਕਿਉਂਕਿ ਇੱਕ ਔਰਤ ਦਾ ਸਤਿਕਾਰ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਪਰ ਲੇਕਿਨ ਉਹ ਅੱਜ ਕੱਲ੍ਹ ਬੀਜੇਪੀ 'ਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਹੈ ਸਾਡੇ ਨਾਲ ਨਹੀਂ ਹੈ ਕਾਂਗਰਸ ਦੀ ਕਾਰਪੋਰੇਸ਼ਨ ਹੁਣ ਸਾਡਾ ਮੇਅਰ ਨਹੀਂ ਹੈ ਇਸੇ ਕਰਕੇ ਜੇ ਮੇਅਰ ਸਾਡਾ ਹੁੰਦਾ ਤਾਂ ਸ਼ਾਇਦ ਇਹ ਫੈਸਲਾ ਹੋਣ ਹੀ ਨਹੀਂ ਦਿੰਦੇ ਸੀ ਸਾਡੇ ਜਿਹੜੇ ਐਮਸੀ ਸਾਹਿਬਾਨ ਚੁਣੇ ਵੀ ਜਿੱਤੇ ਵੀ ਕਿਉਂਕਿ ਪਤਾ ਨਹੀਂ ਲਾਲਚ ਕੀ ਹੈ ਗੜਬੜ ਕੀ ਹੈ ਕੀ ਲਾਲਚ ਹੈ ਕਿਉਂ ਠੇਕੇਦਾਰਾਂ ਨੂੰ ਇੰਨੀ ਉਹ ਤਰਜੀਹ ਦਿੱਤੀ ਜਾ ਰਹੀ ਹੈ ਸਰਕਾਰ ਦੇ ਪੈਸੇ ਨਾਲ ਬਣਿਆ ਇਹ ਕਿਸੇ ਦੇ ਪ੍ਰਾਈਵੇਟ ਪੈਸੇ ਨਾਲ ਨਹੀਂ ਪਾਰਕਿੰਗ ਬਣੀ ਸੋ ਠੇਕੇਦਾਰਾਂ ਨੂੰ ਕਿਉਂ ਤਰਜੀਹ ਦਿੱਤੀ ਜਾ ਰਹੀ ਹੈ ਇਹਦੇ 'ਚ ਕੀ ਗੱਲ ਹੈ ਇਹ ਵੀ ਹਜੇ ਭੁੱਖ ਪੜਤਾਲ ਕਰਨ ਦੀ ਲੋੜ ਹੈ ਲੇਕਿਨ ਮੇਰੀ ਬੇਨਤੀ ਆ ਅੱਜ ਅਸੀਂ ਰਿਕੁਐਸਟ ਕੀਤੀ ਹੈ ਕਮਿਸ਼ਨਰ ਨੂੰ ਸਭ ਨੂੰ ਔਰ ਮੈਨੂੰ ਯਕੀਨ ਹੈ ਕਿ ਇਹ ਕਾਬਿਲ ਕਮਿਸ਼ਨਰ ਮੈਨੂੰ ਲੱਗੇ ਇਹਨਾਂ ਨੇ ਕਾਫੀ ਸਾਡੇ ਨਾਲ ਗੱਲਾਂ ਕੀਤੀਆਂ ਔਰ ਯਕੀਨ ਦਵਾਇਆ ਔਰ ਜੇ ਕੰਮ ਸਿਰੇ ਨਾ ਚੜਿਆ ਆਉਣ ਵਾਲੇ ਸਮੇਂ 'ਚ ਤਾਂ ਫਿਰ ਸਾਨੂੰ ਸੜਕਾਂ 'ਤੇ ਵੀ ਉਤਰਨਾ ਪੈ ਸਕਦਾ ਲੜਾਈ ਵੀ ਲੜਾਂਗੇ ਧਰਨਾ ਵੀ ਲਾਵਾਂਗੇ ਅਤੇ 100% ਬਠਿੰਡੇ ਵਾਲਿਆਂ ਨੂੰ ਇਸ ਜਿਹੜੀ ਗੁੰਡਾਗਰਦੀ ਹੈ ਪਾਰਕਿੰਗ ਵਾਲਿਆਂ ਦੀ ਇਹਦੇ ਤੋਂ ਬਚਾਉਣ ਦਾ ਕੰਮ ਸਾਡਾ ਬਣਦਾ ਕਿਉਂਕਿ ਸਾਨੂੰ ਬੇਸ਼ੱਕ ਮੇਅਰ ਸਾਡਾ ਹੋਵੇ ਨਾ ਹੋਵੇ ਪਰ ਸਾਡਾ ਫਰਜ਼ ਬਣਦਾ ਸਰਕਾਰ ਸਾਡੀ ਹੋਵੇ ਨਾ ਹੋਵੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਆਰਕੇ ਤਾਂਤਰਿਕ ਅਗੋਰੀ ਤਾਂਤਰਿਕ ਇਨ ਕਾਮਖਿਆ
ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਹਾਂ। ਕਿਸੇ ਵੀ ਤਰ੍ਹਾਂ ਦਾ ਕਾਲਾ ਜਾਦੂ ਕਰੋ ਜਾਂ ਤੁੜਵਾਓ, ਕੇਵਲ 8 ਘੰਟਿਆਂ ਵਿੱਚ, ਸਿਰਫ 5 ਘੰਟਿਆਂ ਵਿੱਚ ਅੱਜ ਹੀ ਵਸ਼ੀਕਰਨ ਕਰਵਾਓ ਜਾਂ ਫਿਰ ਤੁੜਵਾਓ। ਕਾਰੋਬਾਰ, ਨੌਕਰੀ, ਪ੍ਰੇਮ ਵਿਵਾਹ, ਝਗੜੇ, ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਘਰੇਲੂ ਕਲੇਸ਼, ਪੜ੍ਹਾਈ ਵਿੱਚ ਰੁਕਾਵਟ, ਸਿਰਫ 11 ਘੰਟੇ ਵਿੱਚ ਪਾਓ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ। ਜੇਕਰ ਅੱਜ ਹੀ ਕਹਿ ਦਿੱਤਾ ਕਿ ਲੋਟਰੀ ਨਿਕਲੇਗੀ ਤਾਂ 100% ਲੋਟਰੀ ਕੱਢ ਕੇ ਦਿਖਾਉਂਦੇ ਹਾਂ। ਕਾਲ ਜਾਂ ਵਟਸਐਪ ਕਰੋ 9460170252 ਉੱਤੇ। ਸਾਡਾ ਪਤਾ ਹੈ ਕਾਮਖਿਆ ਪੀਠ, ਗੁਹਾਟੀ, ਅਸਮ। ਪਿੰਨ ਕੋਡ ਹੈ 78101।